ਤਿੰਨ ਸਾਲ ਬਾਅਦ ਮਿਲਿਆ ਕੀ? ਕੈਪਟਨ ਸਰਕਾਰ ਦਾ ਨੌਕਰੀ ਦਾ ਨਾਰਾ, ਠੱਗਿਆ ਗਿਆ ਪੰਜਾਬ ਦਾ ਨੌਜਵਾਨ ਸਾਰਾ। ਕੈਪਟਨ ਸਾਹਿਬ ਦਾ ਨਾਰਾ, ਥੋੜਾ ਹੋਰ ਪਿੱਛੇ ਹੋ ਜਾਓ, ਥੋੜਾ ਹੋਰ, ਸਾਰੇ ਬੱਚੇ ਆਣਗੇ, ਥੋੜਾ ਸਿੱਧਾ ਹੋ ਜਾਓ। ਕੈਪਟਨ ਸਾਹਿਬ ਦਾ ਝੂਠਾ ਨਾਰਾ, ਸੌਂ ਖਾ ਕੇ ਮੁੱਕਰ ਗਿਆ, ਸੌਂ ਖਾ ਕੇ ਮੁੱਕਰ ਗਿਆ, ਸੌਂ ਖਾ ਕੇ ਮੁੱਕਰ ਗਿਆ। ਬਈ ਜੇ ਕੋਈ ਮੁੰਡਾ ਨੌਕਰੀ ਤੋਂ ਰਹਿ ਗਿਆ ਨਾ 11 ਲੱਖ ਤੋਂ ਇਲਾਵਾ, ਉਹ ਦੱਸ ਦੇਵੇ ਉਹ 11 ਲੱਖ ਨੌਕਰੀ ਨਾ ਮਿਲੀ। ਗੱਲ ਵਿਧਾਨ ਸਭਾ ਦੀ ਬਾਰੇ ਵੀ ਪਤਾ ਨਹੀਂ ਮੌਜੂਦਾ ਨੇ ਟੇਕ ਦੀ ਬੇਇੱਜ਼ਤੀ ਹੈ ਯਾਰ। ਨੌਕਰੀ ਸਿਰਫ ਸਾਡੇ 3 ਸਾਲ ਸਰਕਾਰੀ ਨੌਕਰੀ ਕਿਸੇ ਨੌਜਵਾਨ ਕੋਈ ਨੌਕਰੀ ਜੋ ਅੱਜ ਨੌਜਵਾਨ ਦੀ ਬਹੁਤ ਬੜਾ ਬਹੁਤ ਚਾਹੀਦੀ। ਸੌ ਖਾ ਕੇ ਮੁੱਕਰ ਗਿਆ, ਕਿਨ ਕਿਨ ਮੁੱਦੋ ਕੋ ਲੇਕਰ ਆ ਸਰਕਾਰ ਜੀ, ਉਹ ਕੈਪਟਨ ਜੀ ਦੇ ਸੌ ਖਾਦੀ ਸੀ ਪੰਜਾਬ ਦੀ ਜਨਤਾ ਨੂੰ ਪੁੱਛੋ, ਕਹਿੰਦੇ ਇੱਕ ਵਾਅਦਾ ਪੂਰਾ ਨਹੀਂ ਹੋਇਆ। ਚੋਣ ਮੈਨੀਫੈਸਟੋ ਦਾ ਜੇ ਵਾਅਦਾ ਪੂਰਾ ਹੋਇਆ ਹੁੰਦਾ ਤੇ ਕਾਂਗਰਸ ਪਾਰਟੀ ਆਪ ਹੀ ਇੱਕ ਚੋਣ ਮੈਨੀਫੈਸਟੋ ਕਮੇਟੀ ਚਿਦੰਬਰਮ ਸਾਹਿਬ ਦੇ ਥੱਲੇ ਬਣਾਉਣ ਦੀ ਲੋੜ ਨਾ ਪੈਂਦੀ, ਕਿਉਂਕਿ ਸਾਰਾ ਹੀ ਝੂਠਾ, ਸਾਰਾ ਹੀ ਫਰਾਡ ਕੀਤਾ। ਇਸ ਲਈ ਲੋਕ ਅੱਜ ਜਵਾਬ ਮੰਗ ਰਹੇ ਆ ਕਿ ਅੱਜ ਸੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਬੋਲਣਾ ਕਿ ਸੱਚ ਬੋਲਣਗੇ ਕਿ ਝੂਠੀ ਬੋਲਣਗੇ। ਕੋ ਉਹ ਕਿੱਡਾ ਵੱਡਾ ਝੂਠ ਸੀ, ਫਰਾਡ ਸੀ। ਖਜ਼ਾਨਾ ਮੰਤਰੀ ਕਹਿੰਦਾ ਖਜ਼ਾਨਾ ਖਾਲੀ, ਭੱਤੇ ਮੁਲਾਜ਼ਮ ਦੇ ਤੁਸੀਂ ਖਾ ਗਏ ਹੋ, ਦਿੰਦੇ ਨਹੀਂ। ਮੌਜੂਦਾ ਟੀਚਰਾਂ ਦੀ ਤਨਖਾਹਾਂ 45,000 ਤੋਂ 15,000, ਜੇ ਮੌਜੂਦਾ 'ਤੇ ਰਗੜਾ ਚੱਲ ਰਿਹਾ ਜਿਹੜੇ ਇੰਪਲੋਈਜ਼ ਨੇ, ਤੇ ਨਵਿਆਂ ਨੂੰ ਤੁਸੀਂ ਨੌਕਰੀ ਕਿੱਥੇ ਦੇ ਦੇਣੀ? ਅਸੀਂ ਮੰਗਿਆ ਹਿਸਾਬ, ਰਿਕਾਰਡ ਮੰਗਿਆ, 11 ਲੱਖ ਨੂੰ ਨੌਕਰੀ ਦਿੱਤੀ, ਉਹਦਾ ਕੋਈ ਐਡਰੈਸ ਅਤਾ ਪਤਾ ਦੇ ਦਿਓ। ਅੱਜ ਤੱਕ ਉਹਦਾ ਜਵਾਬ ਨਹੀਂ ਮਿਲ ਰਿਹਾ। ਉਹ ਤਾਂ ਜੋ ਮਰਜ਼ੀ ਕਹਿਣ ਕਿ ਉਹਨਾਂ ਦਾ ਆਪਦਾ ਪ੍ਰੋਟੈਸਟ ਕਰਨ ਦਾ ਫਰਜ਼ ਹੈ, ਮਗਰ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ, ਉਹ ਵੀ ਤਾਂ ਕਾਂਗਰਸ ਕਰਕੇ ਹੀ ਚੱਲ ਰਹੀ ਹੈ। ਸੋ ਇਹਨਾਂ ਦੀ ਤਾਂ ਘਰ ਦੀ ਗੱਲ ਹੈ, ਨਹੀਂ ਤਾਂ ਇਹਨਾਂ ਦੇ MLA ਸੰਦੋਆ ਸਾਹਿਬ, ਮਾਨਸ਼ਾਈਆ ਸਾਹਿਬ, ਆ ਸੁਖਪਾਲ ਖਹਿਰਾ ਜੀ,
ਪ੍ਰੋਫੈਸਰ ਬਲਦੇਵ ਜੀ ਉਹ ਕਿਵੇਂ ਬੈਠੇ ਆਪ ਦੀ ਕੁਰਸੀ ਉਹਦੇ ਧੱਜੀਆਂ ਉਡਾ ਕੇ ਇਸ ਮੈਦਾਨ ਦੀਆਂ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਬੈਠੇ ਤਾਂ ਇਹ ਘਰ ਦੀ ਗੱਲ ਹੈ ਆਪਸ 'ਚ ਰਲ ਮਿਲ ਕੇ ਅੰਦਰ ਵੜ ਕੇ ਪੁੱਛ ਲੈਣ ਘਰ ਕੋਈ ਮਾਂ ਨਾ ਹੋਵੇ ਬਾਪ ਨਾ ਹੋਵੇ ਮਿਹਨਤ ਕਰਕੇ UGC ਕਲੀਅਰਡ ਹੋਵੇ ਉਹਨੂੰ ਨੌਕਰੀ ਨਾ ਮਿਲੇ ਕੀ ਇਹਦੇ ਨਾਲ ਧੋਖਾ ਨਹੀਂ ਸਹੁੰ ਚੁੱਕੀ ਸੀ ਤੁਸੀਂ ਦਮਦਮਾ ਸਾਹਿਬ ਦੀ ਧਰਤੀ 'ਤੇ ਖਲੋ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੌਣ ਮੰਗੂ ਕੌਣ ਦਿਓ ਇਹਨੂੰ ਸਾਹ 90,000 ਇੱਕ ਬੱਚੇ ਦਾ ਠੱਗਿਆ ਕਿਹਾ ਸੀ ਜਦ ਤੱਕ ਨੌਕਰੀ ਨਹੀਂ ਮਿਲੂ ਅਸੀਂ ਭੱਤਾ ਦੇਵਾਂਗੇ 2500 ਕਿੱਥੇ ਗਿਆ 3 ਸਾਲ ਦਾ ਹਿਸਾਬ ਲਾਓ ਤੇ 90,000 ਤਾਂ ਇੱਕ ਬੱਚੇ ਦਾ ਹੀ ਬਣ ਗਿਆ ਤੇ ਕਿੰਨੇ ਇਹ ਜੇ ਲੱਖਾਂ ਕਰੋੜਾਂ ਬੱਚੇ ਇੱਥੇ ਤੁਰੇ ਫਿਰਦੇ ਆ ਜਿਨ੍ਹਾਂ ਦਾ ਨਹੀਂ ਇਨਸਾਫ ਮਿਲੇ ਦੇਖੋ ਪੰਜਾਬ ਦੇ ਵਿੱਚ ਮਾਫੀਆ ਰਾਜ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਦਾ ਖਜ਼ਾਨਾ ਲਗਾਤਾਰ ਖਾਲੀ ਹੋ ਰਿਹਾ ਪਰ ਮਾਫੀਆ ਰਾਜ ਚਲਾਉਣ ਵਾਲੇ ਕਾਂਗਰਸੀਆਂ ਦਾ ਕੈਪਟਨ ਦਾ ਬਾਦਲਾਂ ਦਾ BJP ਵਾਲਿਆਂ ਦਾ ਖਜ਼ਾਨਾ ਭਰ ਰਿਹਾ ਇਹਨਾਂ ਨੇ ਜਦੋਂ ਵੀ ਕਦੇ ਇਹ ਜਦੋਂ ਵੀ ਆਪਣੀ 5 ਸਾਲਾਂ ਬਾਅਦ ਆਪਣੀ ਨੋਮੀਨੇਸ਼ਨ ਫਾਈਲ ਕਰਦੇ ਨੇ ਜਦੋਂ ਆਪਣੀ ਜਿਹੜੀ ਆ ਇਨਕਮ ਟੈਕਸ ਦੀ ਰਿਟਰਨ ਪੇਸ਼ ਕਰਦੇ ਨੇ ਉਦੋਂ ਇਹਨਾਂ ਦਾ ਜਿਹੜਾ ਖਜ਼ਾਨਾ ਗਾ ਪਰਸਨਲ ਖਜ਼ਾਨਾ ਗਾ ਉਹ 1,000 ਗੁਣਾ 2,000 ਗੁਣਾ ਵਧਿਆ ਹੁੰਦਾ ਪਰ ਪੰਜਾਬ ਸਰਕਾਰ ਦਾ ਖਜ਼ਾਨਾ ਘਟਿਆ ਹੁੰਦਾ ਔਰ ਪੰਜਾਬ ਦੇ ਉੱਤੇ ਪੰਜਾਬ ਸਰਕਾਰ ਦੇ ਲੋਨ ਆ ਜਿਹੜਾ ਪੰਜਾਬ 'ਤੇ ਕਰਜ਼ਾ ਜਿਹੜਾ ਹੈਗਾ ਉਹ ਵਧਿਆ ਹੁੰਦਾ ਹੁਣ ਤੱਕ 1992 ਤੋਂ ਬਾਅਦ ਹੁਣ ਤੱਕ ਲੈ ਕੇ 2.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ 2.5 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ ਪਰ ਲੇਕਿਨ ਇਹਨਾਂ ਦੇ ਹੋਟਲ ਇਹਨਾਂ ਦੇ ਟਰਾਂਸਪੋਰਟੇਸ਼ਨ ਦੇ ਕੰਮ ਇਹਨਾਂ ਦੀ ਇੰਡਸਟਰੀ ਇਹਨਾਂ ਦਾ ਕਾਰੋਬਾਰ ਲਗਾਤਾਰ 1,000 ਗੁਣਾ ਵੱਧ ਰਹੇ ਨੇ ਪਰ ਲੇਕਿਨ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਕਾਰੋਬਾਰ ਲਗਾਤਾਰ ਘਟ ਰਿਹਾ ਪੰਜਾਬ ਦੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਕਿ ਕੈਂਸਰ ਨਾਲ ਕਾਲੇ ਪੀੜੀਏ ਨਾਲ ਪਤਾ ਨਹੀਂ ਕਿਹੜੇ ਬਿਮਾਰੀਆਂ ਦੇ ਨਾਲ ਲਗਾਤਾਰ ਮਰ ਰਹੇ ਨੇ ਇਲਾਜ ਤੋਂ ਬਿਨਾਂ ਪੰਜਾਬ ਦੇ ਬੱਚੇ ਨੇ ਜਿਹੜੇ ਉਹ ਪੜ੍ਹਾਈ ਤੋਂ ਬਿਨਾਂ ਰਹਿ ਰਹੇ ਨੇ ਕਿ ਪੰਜਾਬ ਵਿੱਚ ਕੋਈ ਕੁਆਲਿਟੀ ਦੀ ਐਜੂਕੇਸ਼ਨ ਹੈ ਨਹੀਂ ਕੋਈ ਗੁਣਾਤਮਕ ਐਜੂਕੇਸ਼ਨ ਹੈ ਨਹੀਂ ਸੋ ਮੇਰਾ ਕਹਿਣ ਦਾ ਭਾਵ ਆ ਨਾ ਸਿੱਖਿਆ ਲਈ ਕੋਈ ਬਜਟ ਆ ਨਾ ਹੈਲਥ ਲਈ ਕੋਈ ਬਜਟ ਆ ਨਾ ਟਰਾਂਸਪੋਰਟੇਸ਼ਨ ਲਈ ਬਜਟ ਆ ਨਾ ਪੰਜਾਬ ਦੇ ਲੋਕਾਂ ਲਈ ਬਜਟ ਆ ਪਰ ਲੇਕਿਨ ਕਿਹਦੇ ਲਈ ਬਜਟ ਆ ਇਹਨਾਂ ਲਈ ਆਪਣਿਆਂ ਲਈ ਬਜਟ ਆ